नमस्कार खबरों ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਕੀਤਾ ਸਖ세ਨਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਆਖਿਰਕਾਰ ਸੱਤਾ ਛੱਡਣ ਲਈ ਤਿਆਰ ਹੋ ਗਏ ਨੇ ਟਰੰਪ ਨੇ ਅੱਜ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ 20 ਜਨਵਰੀ ਨੂੰ ਰਸਮੀ ਤੌਰ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਸੱਤਾ ਸੌਂਪ ਦੇਣਗੇ ਰਾਪਤਾ ਹੈ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਸੰਜੇ ਇਜਲਾਸ ਵਿੱਚ ਰਸਮੀ ਤੌਰ ਤੇ ਰਾਸ਼ਟਰਪਤੀ ਦੇ ਆਉਤੇ ਲਈ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਲਈ ਕਮਲਾ ਹੈਰਿਸ ਦੇ ਚੁਣੇ ਜਾਣ ਦੀ ਪੁਸ਼ਟੀ ਤੋਂ ਐਨ ਬਾਦ ਆਈ 3 ਨਵੰਬਰ ਨੂੰ ਹੋਇਆ ਚੋਣਾਂ ਵਿੱਚ ਦੋਵੇਂ ਜੇਤੂ ਬਣ ਕੇ ਉਭਰੇ ਸਨ 트াম্প ਨੇ ਆਪਣੇ ਬਿਆਨ ਵਿੱਚ ਅੱਜ ਕਿਹਾ ਕਿ باوجود ਇਸ ਦੇ ਕਿ ਉਹ ਚੋਣ ਨਤੀਜਿਆਂ ਨਾਲ ਸਹਿਮਤ ਨਹੀਂ ਹਨ ਅਤੇ ਤੱਥ ਉਹਨਾਂ ਨੂੰ ਸਹੀ ਸਾਬਿਤ ਕਰਦੇ ਨੇ ਫਿਰ ਵੀ 20 ਜਨਵਰੀ ਨੂੰ ਪ੍ਰਕਿਰਿਆ ਦੇ ਤਹਿਤ ਤਬਦੀਲੀ ਹੋਵੇਗੀ ਅਮਰੀਕੀ ਕਾਂਗਰਸ ਨੇ ਅੱਜ ਰਸਮੀ ਤੌਰ ਤੇ ਜੋ ਬਾਈਡਨ ਦੇ ਨਵੇਂ ਰਾਸ਼ਟਰਪਤੀ ਚੁਣੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਕਾਂਗਰਸ ਨੇ ਇਲੈਕਟਰਲ ਕਾਲਜ ਦੇ ਨਤੀਜਿਆਂ ਨੂੰ ਸਵੀਕਾਰ ਕਰ ਲਿਆ ਹੈ ਜੋ ਬਾਈਡਨ ਨੂੰ 306 ਇਲੈਕਟਰਲ ਕਾਲਜ ਜਪੋਟਾਂ ਮਿਲੀਆਂ ਇਸ ਤੋਂ ਪਹਿਲਾਂ ਅਮਰੀਕਾ ਦੀ ਇਰ ਵਾਸ਼ਿੰਗਟਨ ਸਥਿਤ ਕੈਪੀਟਲ ਬਿਲਡਿੰਗ ਵਿੱਚ 트럼ਪ ਸਮਰਥਕਾਂ ਵੱਲੋਂ ਹਿੰਸਾ ਕੀਤੀ ਗਈ ਪੁਲਿਸ ਨੇ ਬਾਲਦਾ ਇਸਤੇਮਾਲ ਕੀਤਾ ਜਿਸ ਵਿੱਚ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਫਾਇਰਿੰਗ ਵਿੱਚ ਜ਼ਖਮੀ ਹੋਏ ਤਿੰਨ ਹੋਰ ਵਿਅਕਤੀਆਂ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਕੈਪੀਟਲ ਬਿਲਡਿੰਗ ਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਸਮਰਥਕਾਂ ਵੱਲੋਂ ਤਾਬਾ ਬੁਲੇ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ ਗੈਰ ਕਾਨੂੰਨੀ ਹੈ ਅਤੇ ਇਸ ਸੰਬੰਧੀ ਖਬਰਾਂ ਦੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਵੇਂ ਚੁਣੇਗੇ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਸੱਤਾ ਦਾ ਤਬਾਦਲਾ ਸ਼ਾਂਤੀਪੂਰਨ ਢੰਗ ਨਾਲ ਹੋ ਜਾਵੇਗਾ। ਇਸ ਦੌਰਾਨ ਵਾਸ਼ਿੰਗਟਨ ਵਿੱਚ ਹੋਏ ਦੰਗੇ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਹੁਣ ਤੱਕ 4 ਵਿਅਕਤੀਆਂ ਦੀ ਮੌਤ ਹੋਈ ਹੈ। ਇਨਾ ਹਿੰਸਕ ਘਟਨਾਵਾ ਵਿੱਚ ਕਟੋਕਟ 14 ਵਿਅਕਤੀ ਜ਼ਖਮੀ ਵੀ ਹੋਏ ਨੇ ਇਸੇ ਮਾਮਲੇ ਵਿੱਚ ਹੁਣ ਤੱਕ 52 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਪੀਟਲ ਬਿਲਡਿੰਗ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੁਲਿਸ ਕਰਮਚਾਰੀਆਂ ਨੇ ਹਿੰਸਾ ਵਾਲੀ ਥਾਂ ਤੋਂ ਪੁਲਿਸ ਨੇ ਦੋ ਪਾਈਪ ਬੰਬ ਬਰਾਮਦ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਦਫ਼ਤਰ ਤੇ ਦੂਜਾ ਇਸ ਨੇੜੇ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਮੁੱਖ ਦਫ਼ਤਰ ਤੋਂ ਮਿਲਿਆ ਹੈ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਬਿਲਡਿੰਗ ਤੇ ਉਸ ਸਮੇਂ ਤਾਵਾ ਬੋਲਿਆ ਜਦ ਸੰਸਦ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਚੋਣ ਵਿੱਚ ਜੇਤੂ ਪ੍ਰਮਾਣਿਤ ਕਰਨ ਤੇ ਬਹਿਸ ਹੋ ਰਹੀ ਸੀ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੈਪੀਟਲ ਬਿਲਡਿੰਗ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਸਮਰਥਕਾਂ ਨੂੰ ਹਿੰਸਾ ਛੱਡ ਕੇ ਵਾਪਸ ਜਾਣ ਦੀ ਅਪੀਲ ਕੀਤੀ ਪਰ ਉਹ ਰਾਸ਼ਟਰਪਤੀ ਚੋਣਾਂ ਵਿੱਚ ਗੜਬੜੀ ਦੀ ਗੱਲ ਦੁਹਰਾਉਂਦੇ ਰਹੇ ਇਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਅਮਰੀਕਾ ਦੇ ਕੈਪੀਟਲ ਬਿਲਡਿੰਗ ਵਿਜ ਟਰੰਪ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਨੂੰ ਲੈ ਕੇ ਦੁਨੀਆ ਭਰ ਦੇ ਹੋਰ ਨੇਤਾਵਾਂ ਨੇ ਵੀ ਚਿੰਤਾ ਜ਼ਾਹਰ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਸਾਡੇ ਗੁਆਂਢੀ ਅਤੇ ਦੋਸਤ ਅਮਰੀਕਾ ਵਿੱਚ ਲੋਕਤੰਤਰ ਤੇ ਹੋਏ ਇਸ ਹਮਲੇ ਤੋਂ ਕੈਨੇਡਾ ਕਾਫੀ ਦੁਖੀ ਅਤੇ ਪਰੇਸ਼ਾਨ ਹੈ। ਹਿੰਸਾ ਕਰਦੇ ਕਦੇ ਵੀ ਲੋਕਾਂ ਦੀ ਇੱਛਾ ਤੇ ਕਾਬੂ ਪਾਉਣ ਵਿੱਚ ਸਫਲ ਨਹੀਂ ਹੋਵੇਗੀ। ਅਮਰੀਕਾ ਵਿੱਚ ਲੋਕਤੰਤਰ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਜਿਹਾ ਹੀ ਹੋਵੇਗਾ। ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਹਮਲੇ ਦੇ ਦਿਨ ਖੇਤੀ ਕਰਦਿਆਂ ਕਿਹਾ ਕਿ ਹੈ ਕਿ ਯੂਐਸ ਕਾਂਗਰਸ ਵਿੱਚ ਹਾਲਾਤ ਸ਼ਰਮਨਾਕ ਨੇ ਅਮਰੀਕਾ ਦੁਨੀਆ ਭਰ ਦੇ ਵਿੱਚ ਲੋਕਤੰਤਰ ਦਾ ਪ੍ਰਤੀਕ ਹੈ ਅਤੇ ਹੁਣ ਇਹ ਜ਼ਰੂਰੀ ਹੈ ਕਿ ਸੱਤਾ ਨੂੰ ਸ਼ਾਂਤੀਪੂਰਨ ਤਰੀਕੇ ਦੇ ਨਾਲ ਤਬਦੀਲ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਸਮਰਪਿਤ ਪਾੜਾ ਕਾਰਿਡੋਰ ਦਾ 306 ਕਿਲੋਮੀਟਰ ਲੰਬਾ ਨਿਊ ਰਿਵਾੜੀ ਨਿਊ ਮਦਾਰ ਸੈਕਸ਼ਨ ਦੇਸ਼ ਨੂੰ ਸਮਰਪਿਤ ਕੀਤਾ। ਮੋਦੀ ਮੋਦੀ ਕਿਲੋਮੀਟਰ ਲੰਬੀ ਅਤੇ ਇਹ ਕਾਰਿਡੋਰ ਸਿਰਫ ਆਧੁਨਿਕ ਮਾਲਗੱਡੀਆਂ ਦਾ ਰੂਟ ਹੀ ਨਹੀਂ ਇਹ ਬਲਕਿ ਦੇਸ਼ ਦੇ ਤੇਜ਼ੀ ਨਾਲ ਵਿਕਾਸ ਦੇ ਕਾਰਿਡੋਰ ਵੀ ਨੇ ਸਿਡਨੀ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਵਿੱਚ ਅੱਜ ਪਹਿਲੇ ਦਿਨ ਆਸਟ੍ਰੇਲੀਆ ਨੇ ਚੰਗੀ ਸ਼ੁਰੂਆਤ ਕੀਤੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਆਸਟ੍ਰੇਲੀਆ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਦੋ ਖਿਡਾਰੀਆਂ ਪਿੱਛੇ 106 ਦੌੜਾ ਬਣਾ ਲਈਆਂ ਸਨ ਆਪਣਾ ਪਹਿਲਾ ਟੈਸਟ ਮੈਚ ਖੇਡਣ ਵਾਲੇ ਆਸਟ੍ਰੇਲੀਆਈ ਬੱਲੇਬਾਜ਼ विल पुकोवसकी मानस लभुशनी ने अपने अपने अर्ध सैंकड़े पूरे जिस नस्ट्रेलिया की पारी में मजबूती मिली पुकोवस्की बार दौड़ा बना के नवदीप सैणी हतों आउट होया जबकि डेविड बार्नर मोहम्मद सिराज ने आउट किया खेड खत्म होने समय लभुशग्ने साहठ दौड़ा बना के क्रीज पर जिसका साथ इकती दौड़ा के निजी स्कोर दे, स्टीवन स्मिथ दे, दे रहे सन इस खबर का यह बुलेटिन खत्म होंगे जा सकते नमस्कार